ਡਾਕਟਰ ਦਲੀਪ ਘੋਟਿਵਾਨਾਂ ਦਾ ਨੋਵਲ ਸੂਰਜ ਤੇ ਸਮੁੰਦਰ ਦੇ ਨੌਵੇਂ ਅੰਗ ਦਾ ਬਾਕੀ ਦਾ ਹਿੱਸਾ ਮੁਕਤ ਹੋ ਜਾਣਾ ਸ਼ਾਇਦ ਮਰ ਜਾਣਾ ਹੀ ਹੁੰਦਾ ਹੈ ਸ਼ਾਇਦ ਸੋਨਾ ਮਰੀ ਗਈ ਹੈ ਮਰਨ ਦਾ ਵੀ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਸ਼ਾਇਦ ਸੋਨਾ ਮਰ ਗਈ ਹੈ ਪੜਦਿਆਂ ਅਜੀਤ ਅਜੀਤ ਦੇ ਹੱਥਾਂ ਚ ਚਿੱਠੀ ਦੇ ਵਰਕੇ ਕੰਬੇ ਉਹਦੀਆਂ ਅੱਖਾਂ ਤੇ ਕੋਇਆਂ ਚ ਪਾਣੀ ਸੇਮ ਆਇਆ ਉੱਚੀ ਲੰਮੀ ਕਣਕਵੰਨੇ ਰੰਗ ਤੇ ਮੋਟੀਆਂ-ਮੋਟੀਆਂ ਅੱਖਾਂ ਵਾਲੀ ਸੋਨਾ ਭਾਬੀ ਜਿਹੜੀ ਬੜਾ ਘਟ ਬੋਲਦੀ ਸੀ ਉਹਨੂੰ ਇੱਕ ਬਹੁਤ بڑے ਸਮੁੰਦਰ ਚ ਡੁੱਬਦੀ ਦਿੱਸੀ ਅਜੀਤ ਨੂੰ ਲੱਗਿਆ ਬਾਈ ਕੰਡੇ ਤੇ ਖੜੋਤਾ ਤਾਂ ਹੈ ਪਰ ਉਹ ਸੋਨਾ ਭਾਬੀ ਨੂੰ ਆਵਾਜ਼ ਕਿਉਂ ਨਹੀਂ ਦਿੰਦਾ ਕੀ ਸੋਨਾ ਭਾਬੀ ਨੂੰ ਸੁਣਨੋਂ ਹਟ ਗਿਆ ਜਾਂ ਬਾਈ ਨੂੰ ਹੀ ਪਤਾ ਨਹੀਂ ਵੀ ਸੋਨਾ ਭਾਬੀ ਸੱਚਮੁੱਚ ਡੁੱਬ ਰਹੀ ਹੈ ਅਜੀਤ ਨੂੰ ਅਜੀਬ ਤਰ੍ਹਾਂ ਦੀ ਕਬਰਾਟ ਹੋਈ ਉਹਨੂੰ ਲੱਗਿਆ ਉਹਦੇ ਦੇਖਦਿਆਂ ਦੇਖਦਿਆਂ ਸੋਨਾ ਸਮੁੰਦਰ ਚ ਥੱਲੇ ਹੀ ਥੱਲੇ ਜਾ ਰਹੀ ਹੈ ਉਹ ਸਮੁੰਦਰ ਦਾ ਦੂਜਾ ਕੰਡਾ ਇਸ ਦੇਸ਼ ਚ ਆ ਕੇ ਮੁੱਕਦਾ ਸੀ ਜਿਸ ਦੇਸ਼ ਚ ਅਜੀਤ ਰਹਿੰਦਾ ਸੀ ਉਸ ਕੜੀਓ ਦਾ ਮਨ ਕੀਤਾ ਉਹ ਵੀ ਸਮੁੰਦਰ ਚ ਛਾਲ ਮਾਰ ਦੇਵੇ। ਇਹ ਤੋਂ ਪਹਿਲਾਂ ਕਿ ਸੋਨਾ ਭਾਬੀ ਬਿਲਕੁਲ ਹੀ ਅੱਖਾਂ ਤੋਂ ਓਝਲ ਹੋ ਜਾਏ। ਇਹ ਤੋਂ ਪਹਿਲਾਂ ਕਿ ਕੋਈ ਜਲ ਜੀਵ ਉਹਨੂੰ ਨਿਗਲ ਜਾਏ। ਇਹ ਤੋਂ ਪਹਿਲਾਂ ਕਿ ਪਾਣੀ ਚ ਖੁਰ ਜਾਏ। ਉਹ ਸੋਨਾ ਭਾਬੀ ਨੂੰ ਜਾਲ ਲੱਭੇ ਤੇ ਆਕੇ ਆਹ ਸੋਨਾ ਭਾਬੀ ਘਰ ਚਲੀਏ। ਅਣਾਈ ਮਰਿਆ ਬੰਦਾ ਭੂਤ ਪ੍ਰੇਤ ਬਣਿਆ ਭਟਕਦਾ ਫਿਰਦਾ। ਪਰ ਉਹਨੂੰ ਲੱਗਿਆ ਸੋਨਾ ਭਾਬੀ ਨੇ ਤਾਂ ਉਸ ਵੱਲ ਪਿੱਟ ਕੀਤੀ ਹੋਈ ਹੈ। ਫਿਰ ਉਹਨੂੰ ਲੱਗਿਆ ਇਹ ਤਾਂ ਕੋਈ ਹੋਰ ਔਰਤ ਹੈ। ਸੋਨਾ ਭਾਬੀ ਤਾਂ ਨਹੀਂ। ਉਪਿੱਟ ਕਰਕੇ ਭਲਾ ਕਿਵੇਂ ਖਲੋ ਸਕਦੀ ਸੀ ਪਰ ਸ਼ਾਇਦ ਇਹ ਪਿੱਟ ਕਰੀ ਖੜੋਤੀ ਸੋਨਾ ਭਾਬੀ ਸੀ ਉਹਨੂੰ ਚੱਕਰ ਜਿਹਾ ਆ ਗਿਆ ਕੰਟੀ ਮਾਰ ਕੇ ਉਹਨੇ ਚਪੜਾਸੀ ਸੱਦਿਆ ਸ਼ਰਾਬ ਮੰਗਵਾਈ ਅੱਜ ਦੁਪਹਿਰੀ ਉਸ ਲਈ ਦਿਨ ਢਲ ਗਿਆ ਸੀ ਇੱਕ ਚਿੱਠੀ ਨੇ ਸਾਰਾ ਸੂਰਜ ਟੱਕ ਲਿਆ ਸੀ ਉਹਦੇ ਅੰਤਾਂ ਦੀ ਖੋਪਈ ਉਹ ਚਿੱਠੀ ਪੜਦਾ ਗਿਆ ਲਿਖਿਆ ਸੀ ਅਜੀਤ ਮਾਂ ਆਖਦੀ ਐ ਸੋਨਾ ਨੂੰ ਤਾਂ ਕਿਸੇ ਉਪਰੀ ਹਵਾ ਦੀ ਕਸਰ ਐ ਪਹਿਲਾਂ ਤਾਂ ਮੈਂ ਨਹੀਂ ਸੀ ਮੰਨਦਾ ਪਰ ਹੁਣ ਲੱਗਦਾ ਹੈ ਸ਼ਾਇਦ ਮਾਂ ਠੀਕ ਹੀ ਆਖਦੀ ਐ ਇਥਾ ਜਿਵੇਂ ਸੋਨਾ ਹੀ ਨਹੀਂ ਕੋਈ ਹੋਰ ਹੈ ਕੋਈ ਭੂਤ ਕੋਈ ਪ੍ਰੇਤ ਛਾਇਆ ਕਿਸੇ ਮਰ ਮੁੱਕੇ ਦੀ ਰੂਹ ਲੱਗਦਾ ਸੋਨਾ ਤਾਂ ਕਦੋਂ ਦੀ ਇੱਥੋਂ ਕਿਧਰੇ ਤੁਰ ਗਈ ਪਰ ਕਿੱਥੇ ਨਹੀਂ ਜਾਣਦਾ ਤੂੰ ਜਿਸ ਦੇਸ਼ ਗਿਆ ਘਟੋ ਘਟ ਮੈਂ ਖੱਤ ਤਾਂ ਪਾ ਸਕਦਾ ਪਰ ਸੋਨਾ ਜਿਸ ਦੇਸ਼ ਗਈ ਹੈ ਉੱਥੇ ਨਾ ਕੋਈ ਸੁਖ ਸੁਨਿਆ ਆਉਂਦਾ ਨਾ ਹੀ ਕੋਈ ਸੁਖ ਸੁਨਿਆ ਉੱਥੇ ਭੇਜਿਆ ਜਾ ਸਕਦਾ ਮਾਂ ਪਿੰਡੋਂ ਸਿਆਣਾ ਸੱਦ ਲਈ ਸੀ ਉਹਨੇ ਗੱਦੂ ਲੱਡੇ ਦੀ ਧੂਣੀ ਦੇ ਕੇ ਸੋਨਾ ਨੂੰ ਚਿਮਟਿਆਂ ਨਾਲ ਮਾਰਿਆ ਮੈਂ ਇਹਨੂੰ ਰੋਕਣਾ ਚਾਹਿਆ ਤਾਂ ਬੋਲਿਆ ਮਾਰੇ ਨੂੰ ਨਹੀਂ ਇਹਦੇ ਅੰਦਰਲੇ ਨੂੰ ਪੈਂਦੀ ਹੈ ਮੈਨੂੰ ਉੰਜ ਵੀ ਸ਼ਰਮ ਆਈ ਆਂਡੀ ਗਵਾਂਡੀ ਕੀ ਆਖਣਗੇ ਪੜਿਆ ਲਿਖਿਆ ਬੰਦਾ ਹੋ ਕੇ ਅਨਪੜ੍ਹੋਂ ਵਾਲੀਆਂ ਗੱਲਾਂ ਕਰਦਾ ਮੈਂ ਸਾਰੀ ਰਾਤ ਲੋਗੜ ਤੱਤਾ ਕਰਕੇ ਸੋਨਾ ਦੇ ਪਿੰਡੇ ਨੂੰ ਸੇਕ ਦਿੰਦਾ ਰਿਹਾ ਕਈ ਵਾਰੀ ਜਦੋਂ ਕੱਲੀ ਬੈਠੀ ਬੈਠੀ ਗੱਲਾਂ ਕਰਨ ਲੱਗ ਜਾਂਦੀ ਹੈ ਤਾਂ ਲੱਗਦਾ ਸੱਚਮੁੱਚ ਇਹਨੂੰ ਕੋਈ ਉਪਰੀ ਕਸਰ ਹੈ ਜਾਣੇ ਅਣਜਾਣੇ ਉਹ ਇੱਕੋ ਗੱਲ ਕਈ ਵਾਰ ਆਖਦੀ ਐ ਸਭ ਕਰਮਾਂ ਦਾ ਫਲ ਐ ਅਜੀਤ ਨੇ ਝੁੰਝਲਾ ਕੇ ਚਿੱਠੀ ਪਰਾਂ ਰੱਖ ਦਿੱਤੀ ਉਹਦਾ ਸਾਰਾ ਬदन ਦੁਖ ਰਿਆ ਸੀ ਜਿਵੇਂ ਭਾਬੀ ਨੂੰ ਪਈ ਮਾਰ ਉਹਦੇ ਆਪਣੇ ਪਿੰਡੇ 'ਚ ਲੱਗ ਗਈ ਸੀ ਸਾਲੇ ਜੰਗਲੀ ਉਹਨੇ ਸਾਰੇ ਹਿੰਦੁਸਤਾਨੀਆਂ ਨੂੰ ਗਾਲ ਕੱਢੀ ਸੋਨਾ ਭਾਬੀ ਤੈਨੂੰ ਕੀ ਹੋ ਗਿਆ ਉਹਨੇ ਰੋਣ ਹੱਕਾ ਹੋ ਕੇ ਗਿਆ ਭਾਬੀ ਤੂੰ ਇੱਥੇ ਮੇਰੇ ਕੋਲ ਆ ਜਾ ਆਪਾਂ ਕਿਧਰੇ ਚੱਲੇ ਚੱਲਾਂਗੇ ਦੁਨੀਆ ਬਹੁਤ ਵੱਡੀ ਐ ਮੈਂ ਮਿਹਨਤ ਮਜ਼ਦੂਰੀ ਵੀ ਕਰ ਸਕਦਾ ਤੇਰੇ ਲਈ ਤਾਂ ਕੁਝ ਵੀ ਕਰ ਸਕਦਾ ਤੇ ਫਿਰ ਦੇਖਾਂਗਾ ਸਾਲੇ ਕਰਮ ਕੀ ਆਖਦੇ ਨੇ ਤੂੰ ਸ਼ਾਇਦ ਮੈਨੂੰ ਭੈੜਾ ਬੰਦਾ ਸਮਝਦੀ ਹੈ ਭਾਬੀ ਪਰ ਨਹੀਂ ਨਹੀਂ ਉਦੋਂ ਮੈਨੂੰ ਆਪਣਾ ਮੋਹ ਦੱਸਣ ਦਾ ਹੋਰ ਕੋਈ ਤਰੀਕਾ ਹੀ ਨਹੀਂ ਸੀ ਆਉਂਦਾ ਇੱਥੇ ਤੇਰੇ ਨਾਲ ਬਹੁਤ ਸੋਹਣੀਆਂ ਔਰਤਾਂ ਮੇਰੇ ਅੱਗੇ ਪਿੱਛੇ ਫਿਰਦੀਆਂ ਨੇ ਮੈਂ ਇਹਦਾ ਇਹ ਮਤਲਬ ਨਹੀਂ ਕਿ ਹੁਣ ਮੈਨੂੰ ਤੇਰੀ ਪਰਵਾਹ ਨਹੀਂ ਮੈਂ ਤੇਰੇ ਲਈ ਸੋਨਾ ਭਾਬੀ ਕੁਝ ਵੀ ਕਰ ਸਕਦਾ ਕੁਝ ਵੀ ਪਰ ਨਹੀਂ ਤੈਨੂੰ ਸਾਲੇ ਕਰਮ ਜਿੱਥੇ ਰੱਖਣਗੇ ਤੂੰ ਉੱਥੇ ਹੀ ਰਹੇਂਗੀ ਕਾਇਰ ਲੋਕਾਂ ਲਈ ਹੋਣਾ ਵੀ ਇਉਂ ਹੀ ਚਾਹੀਦਾ ਹੈ ਉਹ ਇੱਥੇ ਜਿਉਣ ਨਹੀਂ ਆਪਣੇ ਜੰਮਣ ਦਾ ਸੋਗ ਮਨਾਉਣ ਆਉਂਦੇ ਨੇ ਤੂੰ ਦੋ ਮੰਜ਼ਲੇ ਮਕਾਨ 'ਚ ਰਹਿਣ ਵਾਲੀ ਇਹਦੇ ਹੇਠਾਂ ਦੱਬ ਕੇ ਤਾਂ ਮਰ ਸਕਦੀ ਹੈ ਪਰ ਇਹ ਤੂੰ ਬਾਹਰ ਕਦਮ ਨਹੀਂ ਰੱਖੇਂਗੀ ਕੀ ਸਿਆਣੇ ਨੇ ਬਹੁਤ ਮਾਰਿਆ ਸੀ ਭਾਬੀ ਇਦੋਂ ਤਾਂ ਤੂੰ ਮਰ ਜਾ ਭਾਬੀ ਬੰਦਾ ਸਬਰ ਕਰਕੇ ਤਾਂ ਬੈਠ ਜਾਏ ਹਾਂ ਜੇ ਮੈਂ ਉੱਥੇ ਹੁੰਦਾ ਜੇ ਸਾਲੇ ਨੂੰ ਜਾਨੋਂ ਨਾ ਮਾਰ ਦਿੰਦਾ ਆਖਦਿਆਂ ਜੀਤ ਨੇ ਸ਼ਰਾਬ ਦਾ ਇੱਕ ਹੋਰ ਗਲਾਸ ਪੀਤਾ ਚਿੱਠੀ ਚੱਗੇ ਲਿਖਿਆ ਸੀ अजीत ਪਰਸੋਂ ਸੋਨਾ ਯਾਤਰੀਆਂ ਦੀ ਗੱਡੀ 'ਚ ਹਿੰਦੁਸਤਾਨ ਦੇ ਤੀਰਥਾਂ ਦੀ ਯਾਤਰਾ ਲਈ ਚਲੀ ਗਈ ਹੈ ਮੈਂ ਉਹਨੂੰ ਰੋਕਣਾ ਚਾਹੁੰਦਾ ਸੀ ਰੋਕ ਨਹੀਂ ਸਕਿਆ ਲੱਗਿਆ ਜੇ ਤੀਰਥੀ ਜਾ ਕੇ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਤਾਂ ਜਾ ਆਵੇ ਪਰ ਮੈਨੂੰ ਇਹ ਸਮਝ ਨਹੀਂ ਲੱਗਦੀ ਇਹਨੂੰ ਹੋ ਕੀ ਗਿਆ ਕਿਉਂ ਆਖਦੀ ਹੈ ਮੋਹ ਤਾਂ ਮਾਇਆ ਜੋ ਤੁਹਾਨੂੰ ਛਲਦੀ ਹੈ ਸ਼ਾਇਦ ਉਹ ਠੀਕ ਹੀ ਆਖਦੀ ਹੈ ਤੇ ਹੁਣ ਮੈਨੂੰ ਲੱਗਦਾ ਹੈ ਮੈਨੂੰ ਸੋਨਾ ਨਾਲ ਬਹੁਤ ਪਿਆਰ ਹੈ ਪਰ ਉਹ ਖਬਰੇ ਧੂਏ ਦੀ ਬਣੀ ਹੋਈ ਹੈ ਕਿ ਬੱਦਲਾਂ ਦੀ ਧੂਰ ਉੱਚੇ ਅਸਮਾਨ 'ਚ ਘੁੰਮਦੀ ਜਾ ਰਹੀ ਹੈ। ਕਦੇ-ਕਦੇ ਮੈਨੂੰ ਲੱਗਦਾ ਹੈ ਸੋਨਾ ਪਾਗਲ ਹੋ ਗਈ ਹੈ, ਕਦੇ-ਕਦੇ ਲੱਗਦਾ ਹੈ ਅਸੀਂ ਸਭ ਪਾਗਲ ਹਾਂ। ਸੋਨਾ ਠੀਕ ਹੈ। ਕਦੇ ਮੈਂ ਸੋਚਿਆ ਸੀ ਸੋਨਾ ਉੱਤੇ ਇੱਕ ਨਾਵਲ ਲਿਖਾਂਗਾ ਪਰ ਉਹ ਨਾਂ ਉਹ ਤਾਂ ਨਾ ਜਾਣੇ ਕਿਸ ਧਰਤੀ ਦਾ ਨਾਵਲ ਜਿਉਣ ਲੱਗ ਪਈ ਹੈ। ਜਿਹਦਾ ਨਾਂ ਕੋਈ ਯਾਦ ਹੈ, ਨਾਂ ਤੈ ਨਾ ਕੋਈ ਪਾਰ ਹੈ ਨਾ ਔਰ ਵਾਰ। ਜਿਸ ਨਾਵਲ ਦੇ ਬਾਕੀ ਪਾਤਰ ਨਾ ਜਾਣੇ ਕਿਹੜੇ ਨਛੱਤਰਾਂ 'ਚ ਵਿਚਰ ਰਹੇ ਨੇ ਸੋਨਾ ਨੂੰ ਨਾ ਜਾਣੇ ਉਹ ਕਿਹੜੀ ਰੁੱਤ ਦੇ ਸੁਨੇਹੇ ਕਲ ਦੇ ਹੈ ਇਸ ਧਰਤੀ ਦੀ ਕੋਈ ਰੁੱਤ ਹੋਣ ਉਹਦੇ ਵਿਹੜੇ 'ਚ ਨਹੀਂ ਵੜਦੀ ਪਤਾ ਨਹੀਂ ਉਹ ਸੁਨੇਹੇ ਕਲ ਦੇ ਵੀ ਹੈ ਕਿ ਨਹੀਂ ਕੀ ਪਤਾ ਸੋਨਾ ਰਾਹ ਭੁੱਲ ਕੇ ਕਿਸੇ ਉਜਾੜ ਬਿਆਬਾਨ 'ਚ ਪਹੁੰਚ ਗਈ ਹੈ ਰਾਹ ਵੀ ਕੀ ਤੋਂ ਪੁੱਛੇ ਨਾ ਜਾਣੇ ਉਹ ਕਿਹੜੀ ਅਗਨੀ ਪ੍ਰੀਖਿਆ 'ਚੋਂ ਲੰਘ ਰਹੀ ਹੈ ਸੋਚਦਾ ਉਹ ਸਾਬਤ ਬਚੇਗੀ ਵੀ ਕਿ ਨਹੀਂ ਕਾਸ਼ ਉਹ ਇੱਕ ਆਮ ਔਰਤ ਹੁੰਦੀ ਕਿ ਘਟੀਆ ਔਰਤ ਹੁੰਦੀ ਪਤਾ ਨਹੀਂ ਉਹ ਕੀ ਭੁੱਲਣਾ ਚਾਹੁੰਦੀ ਹੈ ਜਿਹਦੀ ਕੋਸ਼ਿਸ਼ ਵਿੱਚ ਉਹ ਆਪਣੇ ਆਪ ਨੂੰ ਭੁੱਲ ਗਈ ਹੈ। ਜਿਸ ਸਿੰਧੀ ਯਾਤਰਾ ਤੇ ਗਈ ਹੈ। ਮੈਂ ਬੜਾ ਪਰੇਸ਼ਾਨ ਆ। ਤੈਨੂੰ ਨਹੀਂ ਪਤਾ ਜੀ ਤੂੰ ਤਾਂ ਜਿਵੇਂ ਮੁੜ ਕੇ ਬੱਲੜੀ ਬਣ ਗਈ ਹੈ। ਜਿਹਨੂੰ ਜਗ ਜਹਾਨ ਦਾ ਕੋਈ ਪਤਾ ਨਹੀਂ। ਉਹਨੇ ਸਾਰੇ ਬਰੇ ਪਤਾ ਨਹੀਂ ਕਿਵੇਂ ਆਪਣੇ ਆਪ ਨਾਲੋਂ ਲਾ ਕੇ ਪਰਾਂ ਰੱਖ ਦਿੱਤੇ। ਤੂੰ ਦੇਖੇ ਤਾਂ ਹੈਰਾਨ ਹੋ ਜਾਏ। ਉਹਨਾਂ ਹਮੇਸ਼ਾ ਚਿੱਟੀ ਸਾੜੀ ਪਾਉਂਦੀ ਹੈ। ਇੱਕ ਵੇਲੇ ਰੋਟੀ ਖਾਂਦੀ ਹੈ। ਆਖਦੀ ਸੀ ਅਨਨੇਸਤੀ ਦਾ ਘਰ ਹੈ। ਜੱਗ ਉੱਤੇ ਬੰਦਾ ਖਾਣ ਸੌਣ ਲਈ ਨਹੀਂ ਆਉਂਦਾ। ਉਹਦੀਆਂ ਅੱਖਾਂ 'ਚ ਚਮਕ ਤਾਂ ਜਿਹੀ ਵੀ ਹੈ ਪਰ ਅੱਖਾਂ ਦੁਆਲੇ ਹਲਕੇ ਕਾਲੇ ਚੱਕਰ ਪੈ ਗਏ ਨੇ। ਕਦੇ-ਕਦੇ ਤਾਂ ਲੱਗਦਾ ਉਹ ਜਾਣੇ ਕਿ ਸਰਾਂਪ ਵਾ ਸੋਨਾ ਤੋਂ ਨਦੀ ਬਣ ਗਈ ਹੈ ਜੋ ਸਾਹਮਣੇ ਦਿਸਦਾ ਰਹੀ ਹੈ ਪਰ ਕਾਲੀ-ਕਾਲੀ ਕੋਲਾਂ ਦੀ ਲੰਗੀ ਜਾ ਰਹੀ ਹੈ। ਕਦੇ-ਕਦੇ ਉੱਤੇ ਬੜਾਈ ਤਰਸ ਆਉਂਦਾ ਤੇ ਮਨ ਕਰਦਾ ਉਹਨੂੰ ਕਿਧਰੇ ਛੁਪਾ ਲਵਾਂ। ਜਿਸ ਵਿਖੜੇ ਰਾਹ ਉੱਤੇ ਉੱਤਰ ਪਈ ਹੈ। ਉਹਨੇ ਉਹਨੂੰ ਕਿਧਰੇ ਨਹੀਂ ਪਹੁੰਚਾਣਾ। ਭਗਤੀ ਵੀ ਤਾਂ ਇੱਕ ਨਸ਼ੇ ਤੋਂ ਵੱਧ ਕੁਝ ਨਹੀਂ। ਪਰ ਹੁਣ ਉਹਨੂੰ ਕਿਧਰੇ ਛੁਪਾਇਆ ਨਹੀਂ ਜਾ ਸਕਦਾ ਉਹ ਅੱਗ ਦੀ ਲਾਟ ਬਣ ਗਈ ਹੈ ਅੱਗ ਦੀ ਲਾਟ ਜਿਹੜੀ ਸਭ ਕਾਸੇ ਨੂੰ ਭਸਮ ਕਰ ਦਿੰਦੀ ਹੈ ਜਿਹੜੀ ਸਭ ਕਾਸੇ ਦੇ ਵਿੱਚ ਆਪਣਾ ਰਾਹ ਬਣਾ ਲੈਂਦੀ ਹੈ ਉਤਾ ਇੱਕ ਝੱਖੜ ਵਾਂਗ ਲੰਗੇ ਜਾ ਰਹੀ ਹੈ ਨਾ ਜਾਣੀ ਕਿਹੜੇ ਦੇਸ਼ ਨੂੰ ਉਹਦੇ ਤਾਂ ਜਿਵੇਂ ਖੰਭੋ ਗਾਏ ਸ ਹੁਣੇ ਇੱਥੇ ਹੁੰਦੀ ਹੁਣੇ ਤਾਰਿਆਂ ਦੇ ਦੇਸ਼ 'ਚ ਉਹ ਤਾਂ ਜਿਵੇਂ ਧੂਏ ਦੀ ਬਣੀ ਜਿਵੇਂ ਬੱਦਲਾਂ ਦੀ ਬਣੀ ਹੋਵੇ ਤੂੰ ਆਖੇਂਗਾ ਮੈਂ ਕੀ ਲੇਖਕਾਂ ਵਰਗੀਆਂ ਗੱਲਾਂ ਕਰਨ ਲੱਗ ਪਿਆ ਪਰ ਮੈਂ ਸੱਚ ਆਖਦਾ ਹਾਂ ਸਭ ਸੱਚ ਹੈ ਇੱਕ ਦਿਨ ਮੈਂ ਪੁੱਛਿਆ ਸੋਨਾ ਤੇਰਾਜੀਤ ਨੂੰ ਮਿਲਣ ਨੂੰ ਜੀ ਨਹੀਂ ਕਰਦਾ ਬੋਲੀ ਹੁਣ ਤਾਂ ਯਾਦ ਨਹੀਂ ਜੀਤ ਕਿਹੋ ਜਿਹਾ ਸੀ ਉਹਦੀ ਸ਼ਕਲ ਕਿਹੋ ਜੀ ਸੀ ਉਹ ਹੱਸਦਾ ਕਿਵੇਂ ਹੁੰਦਾ ਸੀ ਉਹ ਗੱਲ ਕਿਵੇਂ ਕਰਦਾ ਸੀ ਉਹ ਭਾਬੀ ਕਿਵੇਂ ਆਖਦਾ ਹੁੰਦਾ ਸੀ ਹੁਣ ਤਾਂ ਕੁਝ ਵੀ ਯਾਦ ਨਹੀਂ ਹੁੰਦਾ ਲੱਗਦਾ ਜਿਵੇਂ ਅਜੀਤ ਕੋਈ ਨਹੀਂ ਜਿਵੇਂ ਅਜੀਤ ਕੋਈ ਨਹੀਂ ਪੜਦਿਆਂ ਜੀਤ ਦੇ ਮੱਥੇ ਤੇ ਬੇਮਲੂਮੀ ਜੇ ਪਸੀਨੇ ਦੀਆਂ ਬੂੰਦਾਂ ਉਤਰ ਆਈਆਂ ਉਨੇ ਸ਼ਰਾਬ ਦੀ ਬੋਤਲ ਹੀ ਚੁੱਕ ਕੇ ਮੋਨੂ ਲਾ ਲਈ ਟੈਲੀਫੋਨ ਦੀ ਘੰਟੀ ਖੜਕੀ ਕੀ ਹਾਲ ਹੈ ਡਾਰਲਿੰਗ ਇਵਲਨ ਪੁੱਛ ਰਹੀ ਸੀ ਮਿਹਰਬਾਨੀ ਠੀਕ ਹਾਂ ਉਹਨੇ ਝੂਠਿਆਂ ਵਾਂਗ ਕਿਹਾ ਆਵਾਜ਼ ਥੱਕੀ ਥੱਕੀ ਕਿਉਂ ਹੈ ਪੁੱਛ ਰਹੀ ਸੀ ਕਹਿਣਾ ਤਾਂ ਚਾਹੁੰਦਾ ਸੀ ਮੈਂ ਬੜੀ ਦੂਰੋਂ ਸਮੁੰਦਰ ਪਾਰੋਂ ਬੋਲ ਰਿਹਾ ਇਹ ਥੋੜਾ ਹੈ ਕਿ ਮੇਰੀ ਆਵਾਜ਼ ਤੇਰੇ ਤੱਕ ਪਹੁੰਚ ਰਹੀ ਹੈ ਪਰ ਉਹਨੇ ਕਿਹਾ ਨਹੀਂ ਐਸੀ ਤਾਂ ਕੋਈ ਗੱਲ ਨਹੀਂ ਸ਼ਾਮ ਨੂੰ ਫਿਲਮ ਵੇਖਣ ਚੱਲਾਂਗੇ ਮੈਂ ਟਿਕਟਾਂ ਲੈ ਲਈਆਂ ਨੇ ਯੁਰਵਾ ਦਾ ਗ੍ਰੀਕ ਫਿਲਮ ਹੈ ਜ਼ਿੰਦਗੀ ਐਕਸ਼ਨ ਤੇ ਕੰਟੈਂਪਲੇਸ਼ਨ ਦੀ ਥਾਂ ਸਮਝਾਣ ਦੀ ਕਜ਼ਾਨ ਜ਼ਾਇਕਸ ਨੇ ਖੂਬਸੂਰਤ ਕੋਸ਼ਿਸ਼ ਕੀਤੀ ਹੈ ਤੇ ਇਵਲਿਨ ਬੋਲਦੀ ਗਈ ਉਹ ਆਖਣਾ ਤਾਂ ਚਾਹੁੰਦਾ ਸੀ ਜੇ ਸ਼ਾਮ ਆਈ ਤਾਂ ਦੇਖੀ ਜਾਏਗੀ ਕਿਉਂਕਿ ਕਿਸੇ ਕਿਸੇ ਦੁਪਹਿਰ ਦੀ ਕੋਈ ਸ਼ਾਮ ਨਹੀਂ ਹੁੰਦੀ ਸਗੋ ਨੂੰ ਲੱਗਿਆ ਇਵਲਿਨ ਨੂੰ ਉਹ ਗੱਲ ਸਮਝ ਨਹੀਂ ਆਣੀ ਉਹਨੇ ਇੰਨਾ ਹੀ ਕਿਹਾ ਚੰਗਾ ਟੈਲੀਫੋਨ ਦਾ ਰਿਸਿਵਰ ਰੱਖ ਕੇ ਉਹਨੇ ਬਾਰੀ ਦਾ ਪਰਦਾ ਹਟਾ ਕੇ ਦੂਰ ਦੂਰ ਤੱਕ ਕੋਗਵਸਤੇ ਸ਼ਹਿਰ ਵੱਲ ਦੇਖਿਆ ਉਹਨੂੰ ਲੱਗਿਆ ਮੈਂ ਇਸ ਸ਼ਹਿਰ ਚ ਕਿਵੇਂ ਆ ਗਿਆ ਇਹ ਕਿਹੜਾ ਸ਼ਹਿਰ ਹੈ ਫਿਰ ਉਹਨੇ ਆਪਣੇ ਦਫ਼ਤਰ ਦੇ ਕਮਰੇ ਬੂਹੇ ਬਾਰੀਆਂ ਤੇ ਲੱਗੇ ਪਰਦੇ ਕਮਰੇ ਅੰਦਰ ਪਏ ਮੇਜ਼ ਮੇਜ਼ ਤੇ ਫਾਈਲਾਂ ਕਲਮਦਾਨ ਪੇਪਰ ਵੇਟ ਸਾਹਮਣੀ ਕੰਧ ਉੱਤੇ ਲੱਗੇ ਕੈਲੰਡਰ ਸਭ ਚੀਜ਼ਾਂ ਵਾਲੇ ਉਹ ਦੇਖਿਆ ਜਿਵੇਂ ਇਹਨਾਂ ਸਭਨਾਂ ਨੂੰ ਪਹਿਲੀ ਵਾਰੀ ਦੇਖ ਰਿਹਾ ਹੋਵੇ ਫਿਰ ਜਿਵੇਂ ਇੱਕ ਫਜ਼ੂਲ ਜਿਹਾ ਸਵਾਲ ਉਹਦੇ ਮਨ ਚ ਉੱਠਿਆ ਇਹ ਕਿਹੜਾ ਮੁਲਕ ਹੈ ਮੈਂ ਇੱਥੇ ਕਿਵੇਂ ਆ ਗਿਆ ਮੈਂ ਕੌਣ ਹਜੀਤ ਅਜੀਤ ਕੌਣ ਬਰਫ ਬਰ ਪੈ ਰਹੀ ਸੀ ਉਹਨੂੰ ਲੱਗਿਆ ਸਾਰੀ ਬਰਫ ਉਸ ਉੱਤੇ ਡਿਗਰੀ ਹੈ ਤੂੰ ਮਣਾ ਮੂਹੀ ਬਰਫ ਦੇ ਹੇਠੇ ਦੱਬਿਆ ਦੱਬਿਆ ਜਾ ਰਿਹਾ ਹੈ ਕਬਰਾ ਕੇ ਉਹਨੇ ਅਸਮਾਨ ਉੱਤੇ ਸੂਰਜ ਲੱਭਣਾ ਚਾਹਿਆ ਭਾਵੇਂ ਦਿਨ ਸੀ ਫਿਰ ਵੀ ਅਸਮਾਨ ਤੇ ਸੂਰਜ ਕਿਧਰੇ ਨਹੀਂ ਸੀ ਦਿਸ ਰਿਹਾ ਫਿਰ ਉਹਨੂੰ ਆਪਣਾ ਦੇਸ਼ ਯਾਦ ਆਇਆ ਜਿੱਥੇ ਨਿਤ ਸੂਰਜ ਚੜਦਾ ਸੀ ਆਪਣਾ ਘਰ ਯਾਦ ਆਇਆ ਜਿੱਥੇ ਕੋਸੀ ਕੋਸੀ ਧੁੱਪ ਬਨੇਰਿਆਂ ਤੇ ਆ ਬੈਠਦੀ ਸੀ ਜਿੱਥੇ ਚਿੜੀਆਂ ਕਬੂਤਰ ਘਰਾਂ ਚਾਲਣਾ ਪਾ ਲੈਂਦੇ ਐ ਜਿੱਥੇ ਸੋਨਾ ਭਾਬੀ ਸੀ ਇਸ ਵੇਲੇ ਸੋਨਾ ਭਾਬੀ ਯਾਤਰੀਆਂ ਦੀ ਗੱਡੀ 'ਚ ਬੈਠੀ ਕਿਸੇ ਤੀਰਥਵਲ ਜਾ ਰਹੀ ਹੋਏਗੀ ਸੋਚਦਾ ਜੀਤ ਹਜ਼ਾਰਾਂ ਮੀਲ ਦੂਰ ਸਮੁੰਦਰੋਂ ਪਾਰ ਕਿਸੇ ਤੀਰਥਵਲ ਜਾ ਰਹੀ ਗੱਡੀ 'ਚ ਸੋਨਾ ਭਾਬੀ ਨੂੰ ਲੱਭਣ ਤੁਰ ਪਿਆ ਅੰਗ 10 ਗੱਡੀ ਹਨੇਰੇ 'ਚ ਨੱਠੀ ਜਾ ਰਹੀ ਸੀ ਭਜਨ ਕੀਰਤਨ ਗਾਉਂਦੇ ਦੇਵੀ-ਦੇਵਤਿਆਂ ਦੀ ਮੁਰਮੁਰ ਜਾਇ ਬਲਾਉਂਦੇ ਯਾਤਰੀ ਹੌਲੀ-ਹੌਲੀ ਉੰਗਲਾਂਣ ਲੱਗ ਪਏ ਊਂਦੇ ਆਉਂਦੇ ਸੌਂਗੇ ਸੋਨਾ ਜਾਗਦੀ ਸੀ ਸੋਨਾ ਨੂੰ ਲੱਗਿਆ ਚਾਰੇ ਪਾਸੇ ਧੁੰਦੀ ਧੁੱਲਦਾ ਧੁੰਦ ਚ ਸਭ ਕੁਝ ਗੁੰਮਦਾ ਜਾ ਰਿਹਾ ਸੀ ਸਭ ਕੁਝ ਵਿਸਰਦਾ ਜਾ ਰਿਹਾ ਸੀ ਸ਼ਾਇਦ ਇਹ ਭਜੰਦਾ ਪ੍ਰਤਾਪ ਸੀ ਪਰ ਇਹ ਕੀ ਕਿਧਰੇ-ਕਿਧਰੇ ਕੋਈ ਚਟਾਨ ਧੁੰਦ ਚ ਪਾਣੀ ਚੋਂ ਸਿਰ ਕੱਢ ਲੈਂਦੀ ਸੀ ਇਹਦਾ ਮਤਲਬ ਹੈ ਧੁੰਦ ਕਾਫੀ ਨਹੀਂ ਸੀ ਪਾਣੀ ਕਾਫੀ ਨਹੀਂ ਸੀ ਵਕਤ ਪੁੱਠਾ ਗਿੜ ਪਿਆ ਸੋਨਾ ਇੱਕ ਚਟਾਨ ਨਾਲ ਟਕਰਾਈ ਉਹਦੇ ਬਚਪਨ ਦਾ ਵੇਲਾ ਸੀ ਹੁਣ ਉਹ ਇੱਕ ਪਾਸੇ ਖੜੋ ਕੇ ਨਿੱਕੀ ਜੀ ਸੋਨਾ ਨੂੰ ਇੱਕ ਆਨੇ ਲਈ ਆਪਣੇ ਪੈਨਸ਼ਨ ਹੀ ਸੂਬੇਦਾਰ ਦਾਦੇ ਦੇ ਆਲੇ ਦੁਆਲੇ ਘੁੰਮਦੀ ਨੂੰ ਵੇਖ ਸਕਦੀ ਸੀ ਇੱਕ ਆਨੇ ਦੀਆਂ ਉਸ ਲੇਟੀਆਂ ਗਾਚਣੇ ਸਿਆਹੀ ਦੀ ਪੁੜੀ ਕੇਲੇ ਦੀ ਫਲੀ ਮਿੱਠੀਆਂ ਗੋਲੀਆਂ ਕੁਝ ਵੀ ਖਰੀਦ ਸਕਦੀ ਸੀ ਜੇ ਚਾਹੇ ਤਾਂ ਸਕੂਲ ਅੱਗੇ ਬੈਠੀ ਕੌਮ ਵਾਂਗ ਕੁਰਲਾਉਂਦੀ ਅੰਨੀ ਮੰਗਤੀ ਦੀਆਂ ਸੀਸਾਂ ਵੀ ਲੈ ਸਕਦੀ ਸੀ ਤੂੰ ਰਾਣੀ ਬਣੀ ਸੋਨੇ ਚਾਂਦੀ ਵਿੱਚ ਖੇਡੇ ਭਰਾਵਾਂ ਦੀਆਂ ਜੋੜੀਆਂ ਮਾਣੇ ਮਾ ਰਾਨੀ ਧਰ ਧਰ ਭੁੱਲੇ ਦੇ ਨਰੋਈ ਰਹੇ ਤੇ ਦਾਦਾ ਜੀ ਤੋਂ ਸਾਰੇ ਘਰ ਦੇ ਡਰਦੇ ਸੀ ਦਾਦੀ ਸਿੱਖਾਂ ਦੀ ਡੱਬੀ ਲਈ ਪੈਸੇ ਮੰਗਣ ਵੀ ਉਸੇ ਨੂੰ ਭੇਜਦੀ ਦਾਦੇ ਦੇ ਕੱਪੜੇ ਭਾਵੇਂ ਖਾਕੀ ਪਾਏ ਸੀ ਪਰ ਉਹਦੀ ਸ਼ਕਲ ਤੇ ਚਿੱਟੀ ਦਾੜੀ ਸੋਨਾ ਨੂੰ ਤਸਵੀਰ ਵਿੱਚਲੇ ਗੁਰੂ ਨਾਨਕ ਨਾਲ ਮਿਲਦੀ ਲੱਗਦੀ ਦਾਦਾ ਉਹਨੂੰ ਕਿੰਨਾ ਪਿਆਰ ਕਰਦਾ ਸੀ ਤੇ ਪਿਆਰ ਕਰਦਾ ਇੱਕ ਦਿਨ ਉਹ ਸੋਨਾ ਦੀ ਥਾਂ ਥਾਂ ਕੁ ਥਾਂ ਅੰਗਾਂ ਨੂੰ ਟੋਣ ਲੱਗ ਪਿਆ ਸੋਨਾ ਤਰਬ ਕੇ ਦਾਦਾ ਹੱਸ ਪਿਆ ਉਦੋਂ ਪਾਵੇਂ ਸੋਨਾ ਨੂੰ ਇਹਨਾਂ ਗੱਲਾਂ ਦੀ ਅਜੇ ਸਮਝ ਨਹੀਂ ਸੀ 6 ਸਾਲ ਵੀ ਕਿਹੇ ਉਮਰ ਹੁੰਦੀ ਹੈ ਕੁਝ ਜਾਣਨ ਦੀ ਦਾਦਾ ਹੱਸ ਪਿਆ ਸੋਨਾ ਨੂੰ ਉਹਦੀ ਚਿੱਟੀ ਦਾੜੀ ਵੀ ਹਸਦੀ ਲੱਗੀ ਤੇ ਉਹ ਹੱਥ ਛੁਡਾ ਕੇ ਭੱਜ ਗਈ ਦਾਦਾ ਅੰਨਾ ਦੇਣ ਲਈ ਆਵਾਜ਼ਾਂ ਮਾਰਦਾ ਰਿਹਾ ਹੁਣ ਗੁਰੂ ਨਾਨਕ ਦੀ ਤਸਵੀਰ ਵੱਲ ਵੇਖਦੀ ਨੂੰ ਵੀ ਉਹਨੂੰ ਝੱਕ ਜੀ ਲੱਗਦੀ ਸੋਨਾ ਤਰਬ ਕੇ ਵੈਗਰੂ ਵੈਗਰੂ ਕਰਨ ਲੱਗ ਪਈ ਜਿਵੇਂ ਕਿਸੇ ਮਾੜੇ ਸੁਪਨੇ ਤੋਂ ਡਰ ਗਈ ਹੋਵੇ ਦਾਦੇ ਨੂੰ ਮਰੇ ਨੂੰ ਤਾਂ ਕਿੰਨੇ ਬਰੇ ਹੋ ਗਏ ਸੀ ਸ਼ਾਇਦ ਰਾਤ ਨੂੰ ਕੀਰਤਨ ਸੋਲੇ ਦਾ ਪਾਠ ਕਰਨਾ ਭੁੱਲ ਗਈ ਸੀ ਤੇ ਉਹ ਪਾਠ ਕਰਨ ਲੱਗ ਪਈ ਪਾਠ ਉੱਚੀ ਉੱਚੀ ਨੀਸੀ ਕਰ ਰਹੀ ਆਲੇ ਦੁਆਲੇ ਲੋਕ ਸੁੱਤੇ ਹੋਏ ਸਨ ਮੂੰਹ ਚ ਪਾਠ ਕਰਦੀ ਉਹ ਕਈ ਵਾਰ ਪਾਠ ਭੁੱਲੀ ਨਾ ਜਾਣੇ ਅੱਜ ਉਹਦੀ ਸੁਰਤੀ ਬਾਰ ਬਾਰ ਕਿਉਂ ਖਿੰਡ ਰਹੀ ਬਾਹਰ ਹਨੇਰਾ ਸੀ ਬੜਾ ਸੰਘਣਾ ਹਨੇਰਾ ਫਿਰ ਵੀ ਬਾਰੀ ਚੋ ਕਿਤੇ ਨਾ ਕਿਤੇ ਬੱਤੀ ਜਗਦੀ ਦਿਸ ਪੈਂਦੀ ਬਹੁਤ ਸਾਲ ਹੋਏ ਇਸ ਤਰ੍ਹਾਂ ਦਾ ਹਨੇਰਾ ਸੀ ਉਹ ਸਾਰੇ ਸੌ ਰਹੇ ਸੀ ਬੜੀ ਰਾਤ ਗਈ ਸ਼ਰਾਬ ਨਾਲ ਰਾਜ ਉਦੇ ਪਿਓ ਨੇ ਆਕੇ ਕਮਰੇ ਦੀ ਬੱਤੀ ਜਗਾਈ ਸੀ ਉੱਚੀ ਉੱਚੀ ਗਾਲਾਂ ਦਿੰਦਾ ਹੱਥ 'ਚ ਨੰਗੀ ਤਲਵਾਰ ਫੜੀ ਉਹਦੀ ਮਾਂ ਦੇ ਦਿਵਾਲੇ ਹੋਇਆ ਖੜੋਤਾ ਸੀ ਆਗਦਾ ਸੀ ਸਾਲੀ ਹਰਾਮਜਾਦੀ ਕੰਜਰ ਦੀ ਕੁੱਤੀਏ ਤੂੰ ਗਈ ਕੀ ਕਰਨ ਸੀ ਉਹਦੇ ਘਰ ਜਦੋਂ ਉਹਦੀ ਤੀਵੀਂ ਘਰ ਨਹੀਂ ਸੀ ਮੈਂ ਅੱਜ ਤੈਨੂੰ ਜਿਉਂਦੀ ਨਹੀਂ ਛੱਡਣਾ ਉਹ ਰੋ ਰਹੀ ਸੀ ਵਾਸਤੇ ਪਾ ਰਹੀ ਸੀ ਮੈਨੂੰ ਨਹੀਂ ਸੀ ਪਤਾ ਉਹਦੀ ਜਨਾਨੀ ਕਿਤੇ ਗਈ ਹੋਈ ਹੈ ਮੈਂ ਤਾਂ ਉਹ ਤੋਂ ਅਮਰਤਾ ਰ ਪੁੱਛਣ ਗਈ ਸੀ ਸੂਲ ਹੁੰਦਾ ਸੀ ਢਿੱਡ 'ਚ ਮੇਰੇ ਤੇ ਘੰਟਾ ਪਿਓ ਨਾਲ ਗੁਰਮਤੇ ਕਰਦੇ ਰਹੇ ਨਹੀਂ ਉਹਨੇ ਕਿਹਾ ਮੇਰੇ ਕੋਲੋਂ ਸਟੋਵ ਨਹੀਂ ਜਗਦਾ ਜਰਾ ਜਗਾ ਦੇ ਮੈਂ ਜਾਣਦਾ ਸਭ ਰੰਨਾ ਦੇ ਚੱਜ ਉੱਤਫੇ ਮੁਕੀਆਂ ਲੱਤਾਂ ਨਾਲ ਮਾਰਦਾ ਮੁਰਮੁਰ ਤਲਵਾਰ ਉਗਰਦਾ ਸੋਨਾ ਉਸ ਦਿਨ ਬਹੁਤ ਡਰ ਗਈ ਸੀ ਲੇਰਾ ਨਿਕਲ ਗਈਆਂ ਉਹਦੀਆਂ ਛੋਟੀ ਸੀ ਮਸਾ 11 ਸਾਲ ਦੀ ਉਹਨੇ ਪਿਓ ਮੂਰੇ ਹੱਥ ਜੋੜੇ ਮਾਂ ਦੇ ਮੂਰੇ ਰੋਈ ਅੱਜ ਇੰਨੇ ਬਰਿਆਂ ਮਗਰੋਂ ਵੀ ਉਹਨੂੰ ਇਹ ਗੱਲ ਯਾਦ ਆ ਕੇ ਤਰੇੜੀ ਆ ਗਈ ਸੰਸਾਰ ਦੁੱਖਾਂ ਦਾ ਘਰ ਹੈ ਉਹਨੂੰ ਸੰਤਾ ਦਾ ਆਖਣਾ ਯਾਦ ਆਇਆ ਉਹਦਾ ਦਮ ਜਿਆ ਘੁੱਟਿਆ ਉਨੇ ਇੱਕ ਖਿੜਕੀ ਖੋਲ ਲਈ ਠੰਡੀ ਹਵਾ ਦਾ ਇੱਕ ਫਰਾਟਾ ਆਇਆ ਬਹੁਤ ਠੰਡੀ ਹਵਾ ਵੀ ਉਹਨੂੰ ਚੰਗੀ ਲੱਗੀ ਇੰਨੇ ਨੂੰ ਨਾਲ ਦੀ ਸੀਟ ਵਾਲੀ ਮਾਈ ਸੁਤ ਨਿੰਦਰੀ ਪਾਸਾ ਲੈਣ ਲੱਗੀ ਸੀਟ ਤੋਂ ਹੀਠਾਂ ਡਿੱਗ ਪਈ ਵੈਗਰੂ ਵੈਗਰੂ ਆਖ ਦੇ ਕਈ ਯਾਤਰੀ ਜਾਗ ਪਏ ਸੁਪਨੇ 'ਚ ਜਾਨੀ ਮੈਂ ਪੇਕਿਆਂ ਨੂੰ ਜਾਨੀ ਆ ਤੇ ਜਾਨੀ ਊਠ ਤੋਂ ਡਿੱਗ ਪਈ ਮਾਈ ਨੇ ਕੱਪੜੇ ਝਾੜ ਕੇ ਉੱਠਦੀ ਨੇ ਦੱਸਿਆ ਆਹੋ ਭੈਣ ਪੇਕਿਆਂ ਨੂੰ ਤਾਂ ਚੱਲੀ ਹੋਈ ਐ ਸੱਚ ਦੇ ਪੇਕੇ ਤਾਂ ਇਹੀ ਨੇ ਬਾਕੀ ਤਾਂ ਸਭ ਕੂੜ ਦੇ ਨੇ ਉਦੇ ਨਾਲੋਂ ਕਿਸੇ ਨੇ ਕਿਹਾ ਸੋ ਉਹਨਾਂ ਨੇ ਅੱਖਾਂ ਝਪਕੀਆਂ ਸੋਚਿਆ ਦੋ ਘੜੀ ਰੱਬ ਦਾ ਨਾਮ ਲਿਆ ਹੁੰਦਾ ਕਿਸੇ ਲਿਖੇ ਲੱਗਦਾ ਸੰਤ ਮਹਾਰਾਜ ਨੇ ਕਿੰਨੀ ਵਾਰੀ ਤਾਂ ਦੱਸਿਆ ਵੀ ਇਹ ਮਨ ਬੰਦਰ ਨਹੀਂ ਆਈ ਹੈ ਇਹਨੂੰ ਬੰਨ ਕੇ ਰੱਖਣਾ ਚਾਹੀਦਾ ਤੇ ਉਹ ਮੂੰਹ ਚ ਪਾਠ ਕਰਨ ਲੱਗ ਪਈ ਕਿ ਮੈਂ ਕੁਵੇਲੇ ਰੱਬ ਨੂੰ ਬੇਰਾਮ ਨਹੀਂ ਕਰ ਰਹੀ ਉਹਨੇ ਆਪ ਹੀ ਸੋਚਿਆ ਮਾਈ ਫੇਰ ਘੁੜਾੜੇ ਮਾਰਨ ਲੱਗ ਪਈ ਖੜਖੜ ਦੀ ਢੂੰਗੀ ਤੇ ਗਹਿਰੀ ਆਵਾਜ਼ ਆਉਣ ਲੱਗੀ ਗੱਡੀ ਦਰਿਆ ਦੇ ਪੁਲ ਉੱਪਰ ਦੀ ਲੰਘ ਰਹੀ ਸੀ ਇੱਕ ਪੁਲ ਸੋਣਾ ਨੇ ਪਾਰ ਕੀਤਾ ਮੈਂ ਜ਼ਰ ਆਪਣੇ ਕਾਲਜ ਚੱਲਿਆਂ ਉਹਨੇ ਯਾਤਰੀਆਂ ਦੀ ਗੱਡੀ 'ਚ ਜਾ ਰਹੀ ਸੋਨਾ ਨੂੰ ਆਖਿਆ ਮਲਕੜੇ ਜੇ ਗੱਡੀਆਂ ਲੈ ਗਈ। ਕਈ ਸਾਲ ਪਹਿਲਾਂ ਇਹ ਕਾਲਜ ਦੀ ਕੈਂਟੀਨ ਸੀ ਸੋਨਾ ਵਿਕਰਮ ਕੋਲ ਬੈਠੀ ਸੀ। ਵਿਕਰਮ ਨੇ ਆਖਿਆ ਅੱਜ ਪੀਰੀਅਡ 'ਚ ਨਹੀਂ ਜਾਂਦੇ ਗਰਾਊਂਡ 'ਚ ਬੈਠ ਕੇ ਗੱਲਾਂ ਕਰਾਂਗੇ। ਸੋਨਾ ਚੁੱਪ ਰਹੀ। ਉਹ ਵੀ ਪੀਰੀਅਡ 'ਚ ਨਹੀਂ ਸੀ ਜਾਣਾ ਚਾਹੁੰਦੀ ਵਿਕਰਮ ਦੇ ਨਾਲ ਗਰਾਊਂਡ 'ਚ ਬੈਠ ਕੇ ਉਸ ਨਾਲ ਗੱਲਾਂ ਕਰਨੀਆਂ ਚਾਹੁੰਦੀ ਸੀ। ਉਹ ਕੈਂਟੀਨ ਤੋਂ ਬਾਹਰ ਆ ਗਏ। ਕੁਝ ਕਦਮੋ ਵਿਕਰਮ ਦੇ ਨਾਲ ਤੁਰਦੀ ਰਹੀ ਫਿਰ ਅਚਾਨਕ ਮੈਂ ਤਾਂ ਕਲਾਸ 'ਚ ਜਾਨੀ ਆ ਕੇ ਬਿਨਾਂ ਵਿਕਰਮ ਦਾ ਜਵਾਬ ਢੀਕਿਆ ਉਹ ਚਲੀ ਗਈ ਵਿਕਰਮ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗੀ ਅਗਲੇ ਦਿਨ ਵਿਕਰਮ ਉਹਦੇ ਕੋਲ ਵਾਲੀ ਸੀਟ ਤੇ ਬੈਠਣ ਦੀ ਥਾਂ ਸ਼ੀਲਾ ਕੋਲ ਜਾ ਬੈਠਾ ਸੀ ਸ਼ੀਲਾ ਨੇ ਕਈ ਵਾਰ ਉਸ ਵੱਲ ਦੇਖਿਆ ਸੀ ਸਿਰਫ ਇਹ ਜਤਾਉਣ ਲਈ ਕਿ ਵਿਕਰਮ ਉਹਦੇ ਨਾਲ ਬੈਠਾ ਹੈ ਹੁਣ ਤਾਂ ਉਹਦਾ ਸ਼ੀਲਾ ਨਾਲ ਵਿਆਹ ਵੀ ਹੋ ਚੁੱਕਿਆ ਹੈ ਗੱਲ ਮਾਮੂਲੀ ਸੀ ਅਜਿੰਨੇ ਵਰਿਆਂ ਮਗਰੋਂ ਪਤਾ ਨਹੀਂ ਕਿਉਂ ਸੋਨਾ ਨੂੰ ਚੀਤੇ ਆ ਰਹੇ ਸੀ ਆਖਦੇ ਨੇ ਮਰਨ ਵੇਲੇ ਸੁਰਤੀ ਮਾਰੀ ਜਾਂਦੀ ਹੈ ਸੋਨਾ ਨੂੰ ਖਿਆਲ ਆਇਆ ਪਰ ਉਹ ਤਾਂ ਚੰਗੀ ਭਲੀ ਯਾਤਰੀਆਂ ਦੀ ਗੱਡੀ 'ਚ ਯਾਤਰਾਤੇ ਜਾ ਰਹੀ ਸੀ ਉਹ ਫੇਰ ਪਾਟ ਕਰਨ ਲੱਗ ਪਈ ਉਹ ਧੁੰਦ 'ਚ ਖੋ ਜਾਣਾ ਚਾਹੁੰਦੀ ਸੀ ਉਹ ਪਾਣੀ 'ਚ ਗੁੰਮ ਜਾਣਾ ਲੋਚਦੀ ਸੀ ਪਰ ਧੁੰਦ ਕਾਫੀ ਨਹੀਂ ਸੀ ਪਾਣੀ ਕਾਫੀ ਨਹੀਂ ਸੀ ਭੈਣ ਜੀ ਤੁਸੀਂ ਜਾਗਦੇ ਹੋ ਉਹਦੀ ਗਵਾਂਡਨ ਦੇ ਉੱਪਰਲੇ ਫੱਟੇ ਤੋਂ ਪੈਰ ਲਮਕਾਉਂਦੇ ਆਪੇ ਹਾਂ ਦੱਸੋ ਸੋਨਾ ਉੱਠ ਬੈਠੀ ਕੋਈ ਗੋਲੀ ਹੈ ਜਾਨੀ ਸਿਰ ਜਾ ਦੁਖੀ ਜਾਂਦਾ ਹੈ ਹੈ ਤਾਂ ਸਹੀ ਇੱਕ ਜੇਥਿਆ ਜੀ ਸੋਨਾ ਨੇ ਆਪਣਾ ਪਰਸ ਫਰੋਲਿਆ ਗੋਲੀ ਲੈ ਕੇ ਉਹਦੀ ਗਵੰਡਨ ਲੱਜਿਆ ਉੱਪਰ ਫੱਟੇ ਤੇ ਜਾ ਕੇ ਸੌਣ ਦੀ ਤਾਂ 헤ਟਾਂ ਸੋਨਾ ਦੇ ਕੋਲ ਹੀ ਬੈਠ ਗਈ ਤੁਸੀਂ ਸੌਣਾ ਤਾਂ ਨਹੀਂ ਉਹਨੇ ਠੀਕ ਹੋ ਕੇ ਬੈਠਦੀ ਨੇ ਪੁੱਛਿਆ ਨਹੀਂ ਸੋਨਾ ਬੋਲੀ ਦੁਖੀਆਂ ਬੰਦਿਆਂ ਦੁਖੀ ਬੰਦਿਆਂ ਨੂੰ ਕਾਹਨੂੰ ਆਉਂਦੀਆਂ ਨੇ ਨੀਂਦਾ ਤੁਸੀਂ ਕਿਸੇ ਹਕੀਮ ਡਾਕਟਰ ਨੂੰ ਨਹੀਂ ਦਿਖਾਇਆ ਸੋਨਾ ਜ਼ਰਾ ਕਿਉਂ ਹੱਸ ਕੇ ਚੁੱਪ ਕਰ ਰਹੀ ਨਾਬ ਇੱਕ ਦਾਈ ਹੈ ਹਰਨਾਮ ਕੁਰ ਸਤਿਆਮਾਨ ਦੇ ਹੱਥ ਬੜਾਈ ਜੱਸ ਹੈ ਦੂਰੋਂ ਦੂਰੋਂ ਲੋਕ ਆਉਂਦੇ ਨੇ ਅੱਖੋਂ ਤੱਕ ਮੈਂ ਨਾਲ ਚੱਲੂੰਗੀ ਹੁੰਦਾ ਖਬਰੇ ਰੱਬ ਆਪ ਹੀ ਭੁੱਲ ਜਾਏ ਤੀਰਥ ਯਾਤਰਾ ਦਾ ਰੱਬ ਫਲ ਤਾਂ ਦੇਊਗਾ ਨਹੀਂ ਇਹ ਗੱਲ ਨਹੀਂ ਇਹ ਆਪ ਹੀ ਨਹੀਂ ਚਾਹੁੰਦੇ ਬਈ ਹੈ ਹੈ ਭੈਣ ਕਿ ਹੋ ਜਾ ਤੇਰਾ ਆਦਮੀ ਹੈ ਕਿ ਤੇ ਹੋਰ ਵਿਆਹ ਕਰਾਉਣ ਦਾ ਮਾਰਿਆ ਤਾਂ ਨਹੀਂ ਐਂ ਕਰਦਾ ਕੀ ਪਤਾ ਸੋਨਾ ਨੇ ਫੇਰ ਹੱਸ ਕੇ ਕਿਹਾ ਬੁਰਾ ਤਾਂ ਮਨਾਈ ਨਾ ਭੈਣ ਜੀ ਹੂੰ ਵੀ ਮੈਨੂੰ ਉਹਦੇ ਲੱਛਣ ਚੰਗੇ ਨਹੀਂ ਲੱਗਦੇ ਕਦੇ ਕਦੇ ਤਾਂ ਤੜਕੇ ਜੇ ਘਰ ਮੁੜਦਾ ਹੁੰਦਾ ਕੁੰਡਿਆ ਖੜਕਾਉਂਦਾ ਸੁਣਦਾ ਹੁੰਦਾ ਉਹ ਲੇਖਕ ਨੇ ਦੋਸਤਾਂ ਮਿੱਤਰਾਂ ਨਾਲ ਜਿੱਥੇ ਬੈਠੇ ਬੈਠੇ ਰਹੇ ਤੂੰ ਆਖੇਂਗੀ ਆਖਦੀ ਐ ਮੈਨੂੰ ਤਾਂ ਤੇਰੇ ਆਗਮੀ ਦੀ ਝਾਕਣੀ ਵੀ ਚੰਗੀ ਨਹੀਂ ਲੱਗਦੀ ਗਲੀ ਮਹੱਲੇ ਦੀਆਂ ਧੀਆ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਤੇਰੇ ਘਰ ਵਾਲਾ ਤਾਂ ਐਵੇਂ ਝਾਕੂਗਾ ਜਿਵੇਂ ਕਦੇ ਧੀਮੀ ਨਹੀਂ ਦੇਖੀ ਹੁੰਦੀ ਵੀ ਕੋਈ ਪੁੱਛੇ ਪੂਤਲੀ ਵਰਗੀ ਤੇਰੇ ਘਰ ਵਾਲੀ ਐਂ ਤੂੰ ਕਾਹਨੂੰ ਬਗਾਨੀਆਂ ਖੁਰਲੀਆਂ 'ਚ ਮੂੰਹ ਮਾਰਦਾ ਫਿਰਦਾ ਤੁਸੀਂ ਆਪਣੇ ਘਰ ਵਾਲੇ ਦੀ ਗੱਲ ਦੱਸੋ ਇਹ ਲੇਖਕ ਲੋਕ ਤਾਂ ਇਹੋ ਜਿਹੇ ਹੁੰਦੇ ਨੇ ਸੋ ਉਹਨਾਂ ਨੇ ਫੇਰ ਹੱਸ ਕੇ ਕਿਹਾ ਰੱਬ ਬਚਾਵੇ ਭੈਣ ਜੀ ਇਹੋ ਜੇ ਲੇਖਾਂ ਤੋਂ ਤੂੰ ਹੀ ਤਾਂ ਨਾ ਜਿਹੜੀ ਕੱਟੀ ਜਾਨੀ ਐ ਏਸ ਗੱਲਾਂ ਸਾਡੇ ਤਾਂ ਵਿਚਾਰੇ ਚੰਗੇ ਨੇ ਜਿੰਨਾ ਚਿਰ ਬੁਢੀ ਜਿਉਂਦੀ ਰਹੀ ਭਾਵੇਂ ਮਾੜਾ ਮੋਟਾ ਦੁਰਚੋਰ ਕਰਦੇ ਰਹੇ ਹੁਣ ਤਾਂ ਆਪਣੇ ਘਰ ਰੰਗੀ ਵਸੀਦਾ ਤੂੰ ਪੰਨ ਤੋਂ ਬਾਰੇ ਸੁਣਿਆ ਕੁਛ ਪਾਂਡੇ ਮਾਂਜਣ ਵਾਲੀ ਝੋਰਾ ਦੀ ਕੁੜੀ ਬਾਰੇ ਆਹੋ ਆਦਮੀ ਤਾਂ 2 ਸਾਲ ਹੋਏ ਲੜਕੇ ਬਾਗ ਗਿਆ ਸੀ ਛੁੱਟੀ ਨਹੀਂ ਆਇਆ ਫੌਜ ਚ ਐਸ ਇਧਰ ਮੁੰਡਾ ਜੰਮ ਤਰਿਆ ਸਾਬਤ ਸਬੂਤ ਰੱਬ ਬਚਾਵੇ ਸਭ ਦਾ ਧਰਮ ਕਰਮ ਸੋਨਾ ਨੇ ਹੌਲੀ ਦੇ ਕੇ ਗਿਆ ਇੱਕ ਵਾਰੀ ਆਖਣ ਲੱਗੀ ਬੀਬੀ ਜੀ ਹੁਣ 2 ਮਹੀਨੇ ਕਿਸੇ ਹੋਰ ਤੋਂ ਮੰਜਵਾਇਓ ਭਾਂਡੇ ਮੈਂ ਤਾਂ ਬੁੜੇ ਕੋਲ ਚੱਲੀ ਆਂ ਸੌਰੀ ਬੁੜੇ ਕੋਲ ਤੈਂ ਕੀ ਕਰਨਾ ਹੈ ਆਦਮੀ ਤਾਂ ਤੇਰਾ ਬਾਹਰ ਹੈ ਮੈਂ ਕਿਹਾ ਬੋਲੀ ਬੁੜੇ ਤੇ ਤਰਸ ਆਉਂਦਾ ਨਾਲੇ ਤੇਰੀ ਚੱਕ ਨਾ ਮਸੀਤ ਲਜਾਣੀ ਰਹੀਆਂ ਨੇ ਰਾਤ ਕੱਟਣੀ ਆਪਣਾ ਕੀ ਕੱਸ ਜੂ ਛੱਡੋ ਆਪਾਂ ਨੂੰ ਕੀ ਸੋਨਾ ਬੋਲੀ ਤੇਰੇ ਘਰ ਵਾਲੇ ਨੇ ਭੈਣਜੀ ਕੋਈ ਕਿੱਸਾ ਵੀ ਲਿਖਿਆ ਕਿੱਸਾ ਤਾਂ ਨਹੀਂ ਲਿਖਿਆ ਉਹ ਹੋਰ ਕੀ ਲਿਖਦਾ ਹੁੰਦਾ ਇਹੋ ਸਾਡੇ ਤੁਹਾਡੇ ਵਰਗਿਆਂ ਬਾਰੇ ਤੇਰੇ ਬਾਰੇ ਕੁਝ ਲਿਖਿਆ ਨਹੀਂ ਆਹੋ ਘਰ ਦੀ ਮੁਰਗੀ ਦਾਲ ਬਰਾਬਰ ਹਾਂ ਸੱਚ ਤੇਰੇ ਦਿਓਰ ਨੇ ਕਦੋਂ ਕੁ ਆਣਾ ਸਾਕ ਲੈਣ ਵੇਲੇ ਅੰਦਰ ਵੜ ਕੇ ਨਾ ਰੁਪਈਆ ਫੜ ਲਈ ਮੈਂ ਦੱਸੂ ਕੁੜੀ ਸੋਨੇ ਵਰਗੀ ਐ ਖਬਰੇ ਕੋਈ ਮੇਮ ਹੀ ਲਿਆਵੇ ਛੱਡ ਕੁੜੀ ਲਿਖਦੀ ਉਹਨੂੰ ਬਈ ਮੇਮੂ ਮਨਾ ਲਿਆਵੇ ਹੋਰ ਨਾ ਐਵੇਂ ਹੀ ਹਾਥੀ ਬਾਰ ਬੰਨ ਲਵੇ ਨਾਲੇ ਤੇਰੇ ਲੇਖਕ ਲੇਖਕ ਨੇ ਫਿਰ ਤੈਨੂੰ ਨਹੀਂ ਸਿਆਣਾ ਉਸੇ ਦੇ ਦੁਆਲੇ ਨੱਚਦੇ ਰਿਹਾ ਕਰਨੇ ਫਿਰ ਰੋਮੇਂਗੀ ਅੱਖਾਂ ਦੇ ਕੋ ਸੋਨਾ ਦੇ ਦੇ ਸੋਨਾ ਚੁੱਪ ਕਰ ਗਈ ਮੈਂ ਤਾਂ ਆ ਗਈਆਂ ਪਰ ਜਵਾਕਾਂ ਦਾ ਬੜਾ ਹੀ ਫਿਕਰ ਲੱਗਿਆ ਰਹਿੰਦਾ ਮੈਂ ਆਖਿਆ ਹੁਣ ਸੰਤ ਤਾਕਦੇ ਨੇ ਜਾਈ ਆਉਣਾ ਚਾਹੀਦਾ ਨਾਲੇ ਖਬਰੇ ਸਾਡੀ ਰੁਕੀ ਹੋਈ ਤਰੱਕੀ ਹੋ ਜਾਏ ਪਿਛਲੇ ਸਾਲ ਕਿਸੇ ਹੋਰ ਨੂੰ ਇਹਨਾਂ ਤੋਂ ਮੂਰੇ ਕਰਤਾ ਸਪਾਰਸ਼ ਸੀ ਕਿਸੇ ਵਜ਼ੀਰ ਦੀ ਨੇਰ ਪਿਆ ਹੋਇਆ ਤਰੱਕੀ ਹੋਵੇ ਚਾਰ ਪੈਸੇ ਵੱਧ ਆਉਣ ਕੁੜੀ ਲਈ ਵੀ ਤੰਦ ਤਾਨ ਜੋੜਨ ਲੱਗੀ ਕੋਠੇ ਜਿੱਡੀ ਹੋਈ ਜਾਂਦੀ ਹੈ ਲੱਜਿਆ ਆਖੀ ਗਈ ਸੋਨਾ ਨੂੰ ਇਸ ਤਰ੍ਹਾਂ ਤਾਂ ਕੁਝ ਯਾਦ ਨਹੀਂ ਸੀ ਉਹਨੂੰ ਤਾਂ ਲੱਗਦਾ ਸੀ ਇਹ ਗੱਡੀ ਵਾਂਗ ਹੀ ਉਹੀ ਤੁਰਦੀ ਜਾਏਗੀ ਤੁਰਦੀ ਜਾਏਗੀ ਹਮੇਸ਼ਾ ਹਮੇਸ਼ਾ ਇੱਕਾ ਇੱਕ ਉਹਦਾ ਦਿਲ ਕੀਤਾ ਕੋਈ ਬਹੁਤ ਵੱਡਾ ਦਰਿਆ ਹੋਵੇ ਜਿਸ ਤੋਂ ਛਾਲ ਮਾਰ ਦੇਵੇ ਉਹਦੇ ਪਾਣੀ 'ਚ ਵਹਿੰਦੀ ਜਾਵੇ ਵਹਿੰਦੀ ਜਾਵੇ ਦਰਿਆ ਸਮੁੰਦਰ 'ਚ ਜਾ ਕੇ ਮੁੱਕ ਜਾਂਦਾ ਹੈ ਤੇ ਸਮੁੰਦਰ ਸਮੁੰਦਰ ਦੇ ਕੰਢੇ ਉਹ ਸ਼ਹਿਰ ਹੈ ਜਿੱਥੇ ਅਜੀਤ ਰਹਿੰਦਾ ਹੈ ਜੇ ਅਜੀਤ ਮਰ ਜਾਏ ਤਾਂ ਉਹਦੀ ਵੱਡੀ ਸਾਰੀ ਤਸਵੀਰ ਮੈਂ ਆਪਣੇ ਪਾਠ ਪੂਜਾ ਵਾਲੇ ਕਮਰੇ 'ਚ ਲਗਾ ਲਵਾਂ ਕਈ ਵਾਰੀ ਤਾਂ ਉਹਨੂੰ ਲੱਗਦਾ ਜਿਵੇਂ ਕਿਧਰੇ ਕੋਈ ਮਰ ਗਿਆ ਤੇ ਜਨਾਨੀਆਂ ਰੋਂਦੀਆਂ ਉਹਦੇ ਘਰ ਵੱਲ ਆ ਰਹੀਆਂ ਕਦੇ-ਕਦੇ ਜਦੋਂ ਸੜਕ ਤੋਂ ਲੰਘ ਜਾਏ ਕਿਸੇ ਟਰੱਕ ਦੀ ਆਵਾਜ਼ ਸੁਣਦੀ ਉਹਨੂੰ ਲੱਗਦਾ ਇਹ ਹੁਣੇ ਸਾਡੇ ਬੂਏ ਅੱਗੇ ਆ ਕੇ ਰੁਕੇਗਾ ਕੋਈ ਕਹੇਗਾ ਜੀਤ ਦੀ লাশ ਲੈ ਕੇ ਆਏ ਆ ਇਸ ਸਮੁੰਦਰ ਚ ਡੁੱਬ ਗਿਆ ਸੀ ਕੀ ਸੋਚਣ ਲੱਗ ਪਈ ਭੈਣ ਜੀ ਲੱਜਣੇ ਆ ਵਾਸ ਹੀ ਲੈਂਦੇ ਆ ਕਿਆ ਮੈਨੂੰ ਹਮੇਸ਼ਾ ਲੱਗਦਾ ਰਹਿੰਦਾ ਜਿਵੇਂ ਮੈਂ ਕਿਧਰੇ ਜਾਣਾ ਇਸੇ ਖਾਤਰ ਤਿਆਰੀਆਂ ਜੀਆਂ ਕਰਦੀ ਰਹੂੰਗੀ ਪਰ ਪਤਾ ਨਹੀਂ ਲੱਗਦਾ ਕਿੱਥੇ ਸੋਨਾ ਨੇ ਲੱਜਿਆ ਦੀ ਥਾਂ ਇਹ ਗੱਲ ਬਹੁਤੀ ਆਪਣੇ ਆਪ ਨਾਲ ਕੀਤੀ ਜਾਣਾਂ ਤਾਂ ਭੈਣ ਜੀ ਇੱਕ ਦਿਨ ਸਭ ਨਾ ਹੀ ਐ ਇਹੋ ਜਾਣੇ ਜੁਆਕ ਜੱਲਿਆਂ ਚ ਅਗਲਾ ਭੁੱਲਿਆ ਰਹਿਣਾ ਤਾਂ ਹੀ ਤਾਂ ਸਿਆਣਿਆਂ ਨੇ ਰਾਹ ਬਣਾਇਆ ਬਿਨਾ ਹਰ ਤੋਂ ਤਾਂ ਦਿਨ ਨਹੀਂ ਟੁੱਟਦੇ ਤੂੰ ਸੰਤ ਮਹਾਰਾਜ ਦੇ ਚਰਨ ਫੜ ਲੈ ਇਹਨਾਂ ਨੇ ਤਾਂ ਬੜਿਆਂ ਬੜਿਆਂ ਨੂੰ ਤਾਰਿਆ ਜੇ ਨਾ ਅਗਲੇ ਵਾਰੇ ਪੁੱਤ ਹੋ ਗਿਆ ਮੇਰਾ ਨਾ ਵਟਾਦੀ ਲੱਜਿਆ ਉਹਦੇ ਬਿਸਤਰੇ ਤੇ ਟੇਢੀ ਹੁੰਦੀ ਬੋਲੀ ਸੋਨਾ ਕੁਛ ਨਹੀਂ ਬੋਲੀ ਬਾਹਰ ਪਸਰੀਹ ਨੇਰੀ ਰਾਤ ਨੂੰ ਬਾਰੀ ਚੋਂ ਤੱਕਦੀ ਰਹੀ ਲੱਗਿਆ ਉੱਥੇ ਹੀ ਸੌਂਗੀ ਉਹ ਇਸ ਵੇਲੇ ਕੀ ਕਰ ਰਹੇ ਹੋਣਗੇ ਸੁੱਤੇ ਜਾਂ ਕੁਝ ਲਿਖ ਰਹੇ ਇੱਕਾ ਇੱਕ ਸੋਨਾ ਨੂੰ ਆਪਣਾ ਲੇਖਕ ਪਤੀ ਦਾ ਖਿਆਲ ਆਇਆ ਧੰਨਵਾਦ ਚਲਦਾ